ਜਿਹੜਾ ਨਰਿੰਦਰ ਸਿੰਘ ਗੋਲੀ ਮਾਰ ਕੇ ਖੁਦਕੁਸ਼ੀ ਕਰ ਗਿਆ, ਹੋ ਸਕਦਾ ਉਹਨੇ ਖੁਦਕੁਸ਼ੀ ਕੀਤੀ, ਉਹਨੂੰ ਵੀ ਮਾਰਿਆ ਗਿਆ, ਇਹ ਵੀ ਗੱਲ ਸ਼ੱਕ ਦੇ ਘੇਰੇ 'ਚ ਹੈਗੀ ਆ। ਸੋ ਉਹ ਜਦੋਂ ਉਹ ਖੁਦਕੁਸ਼ੀ ਕਰਦਾ ਉਹਦੀ ਰਿਕਾਰਡਿੰਗ ਕਿੱਥੇ, ਉਹ ਵੀ ਦਿਖਾਈ ਜਾਵੇ ਕਿ ਉਹਨੇ ਗੋਲੀ ਆਪਣੇ ਆਪ ਮਾਰੀ ਆ ਜਾਂ ਉਹਨੂੰ ਗੋਲੀ ਕਿਸੇ ਨੇ ਮਾਰੀ ਆ। ਬੀਤੇ ਦਿਨੀ ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਪਿਛਲੇ 3 ਦਿਨਾਂ ਤੋਂ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬਿੰਦੀਆਂ ਦੇ ਸਹਿਯੋਗ ਨਾਲ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ SSP ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ। ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੀ ਹਾਲੇ ਤੱਕ ਨਾ ਲਾਸ਼ ਮਿਲਣ ਕਾਰਨ ਇਸ ਕਤਲ ਕਾਂਡ ਦੇ ਵਿਰੋਧ ਵਿੱਚ ਬਣੀ ਐਕਸ਼ਨ ਕਮੇਟੀ ਵੱਲੋਂ ਵੱਖ ਵੱਖ ਸਮਾਜ ਸੇਵੀ ਜਥੇਬਿੰਦੀਆਂ ਨਾਲ ਮਿਲ ਕੇ SSP ਦਫ਼ਤਰ ਤੋਂ ਘੰਟਾ ਘਰ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਸਮਾਜ ਸੇਵੀ ਲੱਖਾ ਸਿਧਾਨਾ ਨੇ ਕਿਹਾ ਹੈ ਕਿ ਪੁਲਿਸ ਨੇ ਬੜੀ ਹੀ ਦਰਿੰਦਗੀ ਨਾਲ ਨੌਜਵਾਨ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰ ਦਿੱਤੀ ਹੈ ਜੋ ਹਾਲੇ ਤੱਕ ਵਾਰਸਾਂ ਨੂੰ ਨਹੀਂ ਮਿਲੀ। ਇਸ ਦੇ ਲਈ ਉਹਨਾਂ ਨੂੰ ਇਨਸਾਫ ਲਈ ਸੜਕਾਂ ਤੇ ਆਉਣਾ ਪੈ ਰਿਹਾ। ਨਾਲ ਹੀ ਲੱਖਾ ਸਿਧਾਨਾ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਅਤੇ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਤੇ ਵੀ ਕਈ ਸਵਾਲੀਆ ਨਿਸ਼ਾਨ ਲਗਾਏ ਨੇ। ਲਗਾਤਾਰ 3 ਦਿਨ ਤੋਂ SSP ਦਫ਼ਤਰ ਦਾ ਘਿਰਾਓ ਕੀਤਾ ਹੋਇਆ ਤੇ ਅੱਜ ਸ਼ਹਿਰ ਫਰੀਦਕੋਟ ਦੇ ਵਿੱਚ ਇੱਕ ਮਾਰਚ ਕੱਢਿਆ ਜਾ ਰਿਹਾ, ਰੋਸ ਮਾਰਚ ਆ ਜਿਹੜਾ। 18 ਤਰੀਕ ਨੂੰ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਕੇ ਉਹਨੂੰ CI ਲਿਆ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਪੁਲਿਸ ਨੇ ਮਾਰ ਕੇ ਉਦੋਂ ਬਾਅਦ ਉਹਦੀ ਲਾਸ਼ ਨੂੰ ਜਿਹੜਾ ਨਹਿਰ 'ਚ ਸੁੱਟ ਦਿੱਤਾ ਜਾਂਦਾ ਅਤੇ ਹਾਲੇ ਤੱਕ ਲਗਾਤਾਰ 6 ਦਿਨ ਹੋ ਗਏ ਉਹਦੀ ਲਾਸ਼ ਨੂੰ ਪੁਲਿਸ ਕਹਿਦਾ ਰਹੀ ਹੈ ਕਿ ਅਸੀਂ ਭਾਲ ਰਹੇ ਹਾਂ ਪਰ ਟਾਲ ਮਟੋਲ ਕਰ ਰਹੀ ਹੈ। ਪੁਲਿਸ ਦਾ ਇਰਾਦਾ ਇਹ ਹੈਗਾ ਕਿ ਜੇ ਲਾਸ਼ ਉਹਦੀ ਨਾ ਮਿਲੇ ਤਾਂ ਜਿਹੜਾ ਮੁਕੱਦਮਾ ਉਹਨੇ ਸਟੈਂਡ ਨਹੀਂ ਕਰਨਾ, ਮੁਕੱਦਮਾ ਉਹਨਾਂ ਮਜ਼ਬੂਤ ਨਹੀਂ ਹੋਣਾ, ਕੇਸ ਰਫਾ ਦਫਾ ਹੋ ਜੂਗਾ। ਸੋ ਇਸ ਕਰਕੇ ਪੁਲਿਸ ਜਿਹੜੀ ਸਾਰੀ ਕਹਾਣੀ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਹਾਣੀ ਨੱਪਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਜਾਗ ਰਹੇ ਨੇ, ਦਿਨੋਂ ਦਿਨ ਲੋਕਾਂ ਦਾ ਕਾਫਲਾ, ਲੋਕਾਂ ਦੇ ਇਕੱਠ ਵੱਧ ਰਹੇ ਨੇ। ਅੱਜ 3 ਦਿਨ ਅਸੀਂ ਦੇਖਦੇ ਨੂੰ ਹੋ ਗਿਆ ਕਿ ਪਹਿਲੇ ਦਿਨ ਇਕੱਠ ਜ਼ਿਆਦਾ ਸੀ, ਦੂਜੇ ਦਿਨ ਉਦੋਂ ਜ਼ਿਆਦਾ, ਅੱਜ 3 ਦਿਨ ਅੱਜ ਵੱਡਾ ਇਕੱਠ ਹੋਇਆ, ਆ ਸ਼ਹਿਰ ਦੇ ਵਿੱਚ ਵੱਡਾ ਮਾਰਚ ਕੱਢਿਆ ਗਿਆ ਅਤੇ ਇਸ ਤਰ੍ਹਾਂ ਹੀ ਇਨਸਾਫ ਹੈ ਜਿਹੜਾ ਉਹ ਮਿਲਣਾ, ਉਸ ਪਰਿਵਾਰ ਨੂੰ ਮਿਲਣਾ। ਇਨਸਾਫ ਦੇ ਨਾਲ ਨਾਲ ਇੱਕ ਗੱਲ ਨੇ ਵੀ ਸਾਫ਼ ਹੋ ਜਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਪੁਲਿਸ ਵਾਲੇ ਇਸ ਤਰ੍ਹਾਂ ਦੀ ਘਿਨਾਉਣੀ ਕੋਈ ਗੰਦੀ ਹਰਕਤ ਕਰਦੇ ਆ ਤਾਂ ਉਹਨਾਂ ਨੂੰ ਵੀ ਇਹ ਕੰਨ ਹੋਣੇ ਨੇ ਕਿ ਲੋਕ ਜਾਗਦੇ ਨੇ ਅਤੇ ਲੋਕ ਕੱਲ੍ਹ ਨੂੰ ਸਾਨੂੰ ਕਟਹਿਰੇ 'ਚ ਖਿੱਚ ਲਿਆਉਣਗੇ, ਸਾਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਸਕਦੇ ਨੇ। ਤਾਂ ਇਹ ਅੱਜ ਇੱਕ ਜਸਪਾਲ ਸਿੰਘ ਦੀ ਮੌਤ ਨਾਲ ਜੁੜੀ ਹੋਈ ਗੱਲ ਨਹੀਂ ਹੈਗੀ, ਇਹ ਗੱਲ ਜੁੜੀ ਹੋਈ ਆ ਪੰਜਾਬ ਦੇ ਹਰ ਨੌਜਵਾਨ ਨਾਲ, ਕਿਉਂਕਿ ਕੱਲ੍ਹ ਨੂੰ ਫਿਰ ਜਿਹੜਾ ਵੀ ਬੰਦਾ ਕੋਈ ਪੁਲਿਸ ਦੀ ਅੱਖ 'ਚ ਰੜਕੂਗਾ, ਕੋਈ ਨੌਜਵਾਨ, ਕੋਈ ਸਿਆਸੀ ਬੰਦਿਆਂ ਦੀਆਂ ਆਪਸ ਵਿੱਚ ਵਿਰੋਧੀ ਧਿਰਾਂ ਹੁੰਦੀਆਂ ਨੇ, ਉਹਨਾਂ ਦੀਆਂ ਅੱਖਾਂ 'ਚ ਰੜਕਣਗੇ, ਤਾਂ ਉਹਨਾਂ ਨੂੰ ਚੁਕਾ ਕੇ ਇਸ ਤਰੀਕੇ ਨਾਲ ਹੀ ਮਰਵਾ ਦਿੱਤਾ ਜਾਊਗਾ, ਲਾਸ਼ ਨੂੰ ਕਿਤੇ ਖਪਾ ਦਿੱਤਾ ਜਾਊਗਾ। ਤਾਂ ਇਹ ਘਟਨਾ ਅੱਜ ਜਸਪਾਲ ਨਾਲ ਵਾਪਰੀ ਹੈ, ਕੱਲ੍ਹ ਨੂੰ ਕਿਸੇ ਨਾਲ ਵੀ ਵਾਪਰ ਸਕਦੀ ਹੈ। ਇਕੱਲਾ ਬੰਦਾ ਤਾਂ ਨਹੀਂ, ਜਿਹੜਾ ਨਰਿੰਦਰ ਸਿੰਘ ਗੋਲੀ ਮਾਰ ਕੇ ਖੁਦਕੁਸ਼ੀ ਕਰ ਗਿਆ, ਹੋ ਸਕਦਾ ਉਹਨੇ ਖੁਦਕੁਸ਼ੀ ਕੀਤੀ, ਉਹਨੂੰ ਵੀ ਮਾਰਿਆ ਗਿਆ, ਇਹ ਵੀ ਗੱਲ ਸ਼ੱਕ ਦੇ ਘੇਰੇ 'ਚ ਹੈਗੀ ਆ। ਸੋ ਉਹ ਜਦੋਂ ਉਹ ਖੁਦਕੁਸ਼ੀ ਕਰਦਾ ਉਹਦੀ ਰਿਕਾਰਡਿੰਗ ਕਿੱਥੇ, ਉਹ ਵੀ ਦਿਖਾਈ ਜਾਵੇ ਕਿ ਉਹਨੇ ਗੋਲੀ ਆਪਣੇ ਆਪ ਮਾਰੀ ਹੈ ਜਾਂ ਉਹਨੂੰ ਗੋਲੀ ਕਿਸੇ ਨੇ ਮਾਰੀ ਆ। ਸੋ ਇਹ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ 'ਚ ਨੇ, ਸ਼ੱਕ ਦੇ ਘੇਰੇ 'ਚ ਨਹੀਂ, ਸ਼ੱਕ ਹੈ, ਸ਼ੱਕੀ ਆ ਗੱਲਾਂ। ਪੁਲਿਸ ਜਾਣ ਬੁੱਝ ਕੇ ਸਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸੰਘਰਸ਼ ਨੂੰ ਤਾਰ ਪਿੰਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅੱਡੋ ਅੱਡੀ ਬੰਦਿਆਂ ਨੂੰ ਪਾੜਨ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਨੇ, ਪਰ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਐਕਸ਼ਨ ਕਮੇਟੀ ਬਣਾ ਲਈ ਤਾਂ ਆਹ ਜਿਹੜਾ ਸੰਘਰਸ਼ ਹੈ ਇੱਥੋਂ ਤੱਕ ਉਹ ਪਹੁੰਚ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਬਾਰ ਬਾਰ ਬਿਆਨ ਬਦਲ ਰਹੀ ਹੈ ਅਤੇ ਉਹ ਲਾਸ਼ ਨਹੀਂ ਦੇਣਾ ਚਾਹੁੰਦੀ ਕਿਉਂਕਿ ਲਾਸ਼ ਮਿਲਣ 'ਤੇ ਪੋਸਟਮਾਰਟਮ ਵਿੱਚ ਸਭ ਕੁਝ ਪਤਾ ਚੱਲ ਜਾਵੇਗਾ। ਦੇਖੋ ਜੀ, ਇਹ ਬਹੁਤ ਮੰਦਭਾਗੀ ਘਟਨਾ ਕਿ ਸਾਡੇ ਪੰਜਾਬ ਦੀ ਧਰਤੀ 'ਤੇ ਕੁਛ ਹੋਇਆ ਅਤੇ ਜੇ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੀਏ
ਹਰ ਵਾਰ ਪੰਜਾਬ ਪੁਲਿਸ ਨੇ ਆਪਣੇ ਬਿਆਨ ਬਦਲੇ ਆ। ਪਹਿਲਾਂ ਕੁਝ ਹੋਰ ਬਿਆਨ ਦਿੱਤੇ ਜਾਂਦੇ ਸੀ, ਹੁਣ ਕੁਝ ਹੋਰ। ਮਤਲਬ ਇਹ ਸਾਰੇ ਕੁਝ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਪੁਲਿਸ ਨੇ ਜਾਣ ਬੁੱਝ ਕੇ ਲਾਸ਼ ਨੂੰ ਖੁਰਦ ਬੁਰਦ ਕੀਤਾ ਤੇ ਲਾਸ਼ ਦੇਣਾ ਨਹੀਂ ਚਾਹੁੰਦੀ ਪੁਲਿਸ। ਜੇ ਅੱਜ ਲਾਸ਼ ਮਿਲਦੀ ਹੈ ਤਾਂ ਉਹ ਜਦੋਂ ਪੋਸਟਮਾਰਟਮ ਹੋਏਗਾ ਸਭ ਕੁਝ ਜ਼ਾਹਰ ਹੋਏਗਾ, ਉਹ ਚਾਹੁੰਦੇ ਆ ਕਿ ਲਾਸ਼ ਨਾ ਮਿਲੇ। ਪਰ ਬੜਾ ਦੁੱਖ ਹੋ ਰਿਹਾ ਕਿ ਅੱਜ ਸਾਡੀ ਸਰਕਾਰ, ਸਾਡਾ ਪ੍ਰਸ਼ਾਸਨ ਅੱਜ ਕੁੰਭ ਕਰਨ ਵਾਲੀ ਨੀਂਦ ਸੁੱਤੀ ਪਈ ਹੈ। ਉਸਤਾਨਾ ਸ਼ਾਹ ਸਰਕਾਰ ਬਣ ਚੁੱਕੀ ਹੈ ਅੱਜ ਸਾਡੀ, ਤੇ ਉਹ ਜਸਪਾਲ ਦੀ ਮਾਤਾ ਦੀਆਂ ਜਿਹੜੀਆਂ ਚੀਕਾਂ ਨੇ, ਉਹਨਾਂ ਦੇ ਪਰਿਵਾਰ ਦੀਆਂ ਜੋ ਚੀਕਾਂ ਨੇ, ਇਹ ਸਰਕਾਰ ਦੇ ਕੰਨਾਂ ਦੇ ਵਿੱਚ ਨਹੀਂ ਪੈ ਰਹੀਆਂ। ਅੱਜ ਦੇਖੋ ਕਿੰਨੇ ਲੋਕ ਅੱਜ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ ਹੋਏ ਨੇ। ਇਸ ਤੋਂ ਪਹਿਲਾਂ ਪੰਜਾਬੇ ਪਿੰਡ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ, ਉੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ, ਤੇ 29 ਤਰੀਕ ਨੂੰ ਫਿਰ ਇੱਕ ਵੱਡਾ ਲੀਕਿਆ ਜਾ ਰਿਹਾ ਧਰਨਾ, ਉਹਦੇ ਵਿੱਚ ਪੰਜਾਬ ਦੇ ਲੋਕ ਪਹੁੰਚਣਗੇ। ਸੋ ਅੱਜ ਸਾਨੂੰ ਇਨਸਾਫ ਚਾਹੀਦਾ ਜਸਪਾਲ ਦੇ ਲਈ। ਅੱਜ ਪੰਜਾਬ ਦਾ ਇੱਕ ਨੌਜਵਾਨ ਪੁਲਿਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਰੋਂ ਚੱਕਿਆ ਤੇ ਉਹਦੇ 'ਤੇ ਤਸ਼ੱਦਦ ਕੀਤਾ। ਜੇ ਇਹੀ ਕੁਛ ਜਾਰੀ ਰਿਹਾ, ਨਾ ਕੰਟਰੋਲ ਹੋਇਆ, ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਹੋਰ ਨੌਜਵਾਨ ਚੱਕੇ ਜਾਣਗੇ। ਬਹਿਰਹਾਲ ਪੁਲਿਸ ਕਸਟਡੀ ਵਿੱਚ ਹੋਈ ਨੌਜਵਾਨ ਦੀ ਮੌਤ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ, ਪਰ ਨਾਲ ਹੀ ਸਵਾਲ ਇਹ ਵੀ ਹੈ ਕਿ ਕਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ। ਫਰੀਦਕੋਟ ਤੋਂ ਗੁਰਜੀਤ ਰੁਮਾਨਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9553 9563।